ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਖੜੇ ਹਾਂ ਪਿੰਡ ਰਾਏਪੁਰ ਜ਼ਿਲ੍ਹਾ ਮਾਨਸਾ ਦੇ ਵਿੱਚ। ਇੱਥੋਂ ਦਾ ਇੱਕ ਬੱਚਾ ਗੁਰਮੀਤ ਸਿੰਘ ਸਨ ਆਫ ਨਛੱਤਰ ਸਿੰਘ, ਜਿਹਨਾਂ ਨੂੰ ਕਿ ਪਿੰਡ ਦੇ ਵਿੱਚ ਲੋਚੀ ਕਹਿੰਦੇ ਆ। ਇਹ ਬੱਚਾ ਕੈਂਸਰ ਦੀ ਭਿਆਨਕ ਬਿਮਾਰੀ ਤੋਂ ਪੀੜਿਤ ਹੈ, ਬਲੱਡ ਕੈਂਸਰ ਤੋਂ ਪੀੜਿਤ ਹੈ। ਇਹਨਾਂ ਦੇ ਇਲਾਜ ਦੇ ਉੱਤੇ ਜਿਹੜਾ ਜ਼ਿਆਦਾ ਖਰਚਾ ਆਉਣਾ ਹੈ, DMC ਦੇ ਵਿੱਚ ਹੁਣ ਐਡਮਿਟ ਹੈ, 8 ਲੱਖ ਰੁਪਏ ਦਾ ਜਿਹੜਾ ਅਨੁਮਾਨ ਉਹਨਾਂ ਨੇ ਦੱਸਿਆ। ਉਹਦੇ ਲਈ ਕੁਛ ਜਿਹੜੀ ਵਿੱਚੋਂ ਮਦਦ ਹੈ, 5 ਲੱਖ ਤੱਕ ਦੀ ਮਦਦ ਕਾਰਡ ਦੇ ਥਰੂ ਹੋ ਜੂਗੀ, 3 ਲੱਖ ਦੀ ਜਿਹੜਾ ਖਰਚਾ ਅਜੇ ਆਉਣਾ ਬਾਕੀ ਹੈ। ਕੁਛ ਪਰਿਵਾਰ ਦਾ ਪਹਿਲਾਂ ਵੀ ਹੋਰ ਹੋਸਪਿਟਲ, 1-2 ਹੋਸਪਿਟਲ ਦੇ ਵਿੱਚ ਲੈ ਕੇ ਉੱਥੇ ਖਰਚ ਹੋ ਚੁੱਕਿਆ। ਇਹਦੇ ਵਿੱਚ ਜਿਨ੍ਹਾਂ ਨੇ ਵੀ ਪਿੰਡ ਵਾਸੀਆਂ ਨੇ ਵੀ ਸਹਿਯੋਗ ਦਿੱਤਾ, 77,800 ਦੇ ਕਰੀਬ ਜਿਹੜਾ ਪੈਸਾ ਇਕੱਠਾ ਹੋਇਆ ਸੀਗਾ। ਅਸੀਂ ਸਾਰੇ ਜਿੰਨਾ ਵੀ ਪਿੰਡ ਵਾਸੀਆਂ ਸਾਡਾ ਸਹਿਯੋਗ, ਅਸੀਂ ਧੰਨਵਾਦ ਕਰਦੇ ਹਾਂ। ਇਸ ਤੋਂ ਬਿਨਾਂ ਕੁਲਵਿੰਦਰ ਸਿੰਘ ਘੋਨਾ, ਬਲਜਿੰਦਰ ਸਿੰਘ ਅੰਮ੍ਰਿਤੀ, ਸਤਪਾਲ ਮਾਨ, ਸਤੀਸ਼ ਕੁਮਾਰ ਕਾਲਾ ਮੈਂਬਰ ਜੀ, ਇਹਨਾਂ ਨੇ ਸਾਡਾ ਸਹਿਯੋਗ ਦਿੱਤਾ ਇਹਨਾਂ ਦੇ ਇਲਾਜ ਲਈ। ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਸ ਤੋਂ ਪਹਿਲਾਂ BG ਦੱਸ ਰਹੇ ਨੇ ਜਿੰਦੇ ਜਿਹੜਾ ਲਗਭਗ ਖਰਚਾ 1.5 ਲੱਖ ਦੇ ਕਰੀਬ ਆ ਚੁੱਕਿਆ ਹੈ, ਅਤੇ ਕਿਉਂਕਿ ਸਿਰਫ ਇਲਾਜ ਦਾ ਨਹੀਂ, ਉੱਥੇ ਜਾਂਦੇ ਨੇ ਰਹਿਣ ਕਰਨ ਦਾ, ਆਉਣ ਜਾਣ ਦਾ ਵੀ ਖਰਚਾ ਹੋ ਜਾਂਦਾ ਹੈਗਾ। ਅਤੇ ਅਸੀਂ ਹੋਰ ਜਿੰਨੇ ਵੀਡੀਓ ਦੇਖ ਰਹੇ ਹਾਂ, ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਜੋ ਹੋਰ ਵੀ ਜਿਹੜੇ ਦਾਨੀ ਸੱਜਣ ਇਹਨਾਂ ਇਸ ਪਰਿਵਾਰ ਦੀ ਮਦਦ ਕਰਦੇ ਹਨ। ਇਹਨਾਂ ਦੇ ਘਰ ਦਾ ਮੋਬਾਈਲ ਨੰਬਰ ਅਸੀਂ ਵੀਡੀਓ ਦੇ ਉੱਤੇ ਦੇ ਦਾਂਗੇ। ਤੁਸੀਂ ਆਪਣੀ ਜੋ ਵੀ ਸ਼ਰਧਾ ਦੇ ਮੁਤਾਬਕ ਜਿੰਨਾ ਹੋ ਸਕਦਾ ਤੁਸੀਂ ਜ਼ਰੂਰ ਸੇਵਾ ਕਰੋ, ਤਾਂ ਜੋ ਅਸੀਂ ਬੱਚੇ ਨੂੰ ਤੰਦਰੁਸਤ ਕਰਕੇ ਇਸ ਘਰ ਦੇ ਵਿੱਚ ਦੁਬਾਰਾ ਲਿਆ ਸਕੀਏ। ਸੋ ਬਹੁਤ ਬਹੁਤ ਧੰਨਵਾਦ, ਇੱਕ ਵਾਰ ਫਿਰ ਬੇਨਤੀ ਕਰੂੰਗਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਜੋ ਇਸ ਬੱਚੇ ਦੀ ਵੱਧ ਤੋਂ ਵੱਧ ਮਦਦ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।